ਮੈਨੂੰ ਕੀ ਲੱਗਦਾ ਬਈ ਮੈਂ ਪ੍ਰੂਵ ਕਰ ਚੁੱਕਿਆ ਠੀਕ ਆ ਮਤਲਬ ਇੰਨੇ ਗਾਣੇ ਕਿਸੇ ਵੀ ਹੋਰ ਆਰਟਿਸਟ ਦੇ ਬਿਲਬੋਰਡ ਤੇ ਨਹੀਂ ਆਏ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਬਿਲਬੋਰਡ 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 ਕਾਫੀ ਸਿੰਗਰਾਂ ਦੇ ਬਈ ਗੀਤਾਂ ਦੇ ਵਿੱਚ ਤੁਸੀਂ ਅਕਸਰੀ ਬਿਲਬੋਰਡ ਦਾ ਨਾਮ ਸੁਣਿਆ ਹੋਣਾ ਹਨ ਪਰ ਜਿਹੜਾ ਬਿਲਬੋਰਡ ਆ ਆਖਿਰ ਹੈ ਕੀ ਆਖਿਰ ਕੀ ਆ ਬਿਲਬੋਰਡ ਜਿਹੜਾ ਮਤਲਬ ਇੰਨੀ ਜ਼ਿਆਦਾ ਹਾਈਪ ਹੈ ਦੀ ਤਾਂ ਇਹ ਸਵਾਲ ਕਦੇ ਨਾ ਕਦੇ ਤੁਹਾਡੇ ਦਿਮਾਗ 'ਚ ਜ਼ਰੂਰ ਆਇਆ ਹੋਊਗਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਜਿਹੜਾ ਬਿਲਬੋਰਡ ਆ ਹਨ ਉਹ ਇੱਕ ਅਮਰੀਕਾ ਦਾ 뮤직 ਤੇ ਐਂਟਰਟੇਨਮੈਂਟ ਮੈਗਜ਼ੀਨ ਹੈਗਾ ਠੀਕ ਆ ਜੋ ਮਤਲਬ ਹਰੇਕ ਹਫਤੇ ਮੰਗਲਵਾਰ ਦੇ ਦਿਨ ਬਈ ਇਹਨੂੰ ਪਬਲਿਸ਼ ਕੀਤਾ ਜਾਂਦਾ ਹਰੇਕ ਹਫਤੇ ਪਬਲਿਸ਼ ਕੀਤਾ ਜਾਂਦਾ ਤੇ ਇਹਦੇ ਵਿੱਚ ਮਤਲਬ ਕੋਈ ਇੱਕ ਦੇਸ਼ ਨਹੀਂ ਹੁੰਦਾ ਹਨ ਵੀ ਕਿਸੇ ਇੱਕ ਦੇਸ਼ ਦੇ ਮਤਲਬ ਇੰਟਰਟੇਨਰਾਂ ਦਾ ਬਾਰੇ ਦੱਸਿਆ ਗਿਆ ਹੋਵੇ ਇਹਦੇ ਵਿੱਚ ਪੂਰੀ ਦੁਨੀਆ ਹੁੰਦੀ ਆ ਠੀਕ ਆ ਪੂਰੀ ਦੁਨੀਆ ਦੇ ਜਿੰਨੇ ਵੀ ਟੌਪ ਦੇ ਇੰਟਰਟੇਨਰ ਆਗੇ ਉਹਨਾਂ ਸਾਰਿਆਂ ਦਾ ਨਾਮ ਇਹਦੇ ਵਿੱਚ ਆਉਂਦਾਗਾ ਤੇ ਵੀ ਹਰੇਕ ਹਫਤੇ ਮਤਲਬ ਕਿਹੜੇ ਬੰਦੇ ਨੇ ਕਿੰਨਾ ਕਮਾਲ ਕੀਤਾ ਉਹ ਸਾਰਾ ਕੁਝ ਤੁਹਾਨੂੰ ਇਹ ਮੈਗਜ਼ੀਨ ਤੋਂ ਪਤਾ ਲੱਗਦਾ ਪਰ ਜਿਹੜੀ ਅੱਜ ਦੀ ਇਹ ਵੀਡੀਓ ਇਹਦੇ ਵਿੱਚ ਆਪਾਂ ਹੋਰ ਇੰਟਰਟੇਨਰਾਂ ਬਾਰੇ ਗੱਲ ਨਹੀਂ ਕਰਾਂਗੇ ਇਹਦੇ ਵਿੱਚ ਆਪਾਂ ਸਿਰਫ 뮤직 ਦੀ ਗੱਲ ਕਰਾਂਗੇ ਸਿੰਗਰਾਂ ਦੀ ਗੱਲ ਕਰਾਂਗੇ ਤੇ ਤੁਹਾਨੂੰ ਇਹ ਵੀਡੀਓ 'ਚ ਦੱਸਾਂਗੇ ਵੀ ਕਿੰਨੇ ਪੰਜਾਬੀ ਸਿੰਗਰ ਆਗੇ ਜਿਨ੍ਹਾਂ ਨੇ ਮਤਲਬ ਪੂਰੀ ਦੁਨੀਆ ਦੇ ਸਾਰੇ ਸਿੰਗਰਾਂ ਨੂੰ ਪਿੱਛੇ ਛੱਡ ਕੇ ਬਿਲਬੋਰਡ ਦੇ ਚਾਰਟਸ ਉਤੇ ਆਪਣੀ ਜਗ੍ਹਾ ਬਣਾਈ ਆ ਸੋ ਇਸ ਕਰਕੇ ਬਾਈ ਵੀਡੀਓ ਬਹੁਤ ਜ਼ਿਆਦਾ ਬੰਬ ਹੋਣ ਵਾਲੀ ਹੈ ਇਹ ਐਂਡ ਤੱਕ ਜਰੂਰ ਦੇਖਿਓ ਤੇ ਇਹ ਵੀਡੀਓ ਬਾਈ ਪੂਰੀ ਇਮਾਨਦਾਰੀ ਨਾਲ ਬਣਾਈ ਗਈ ਆ ਹਨਾ ਇਹ ਵੀਡੀਓ ਚ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ ਜਿੰਨਾ ਵੀ ਇਹ ਵੀਡੀਓ ਦੇ ਵਿੱਚ ਦੱਸਿਆ ਗਿਆ ਹਨਾ ਉਹ ਸਾਰਾ ਕੁਝ ਬਾਈ ਤੁਸੀਂ ਖੁਦ ਜਾ ਕੇ ਬੈਲਬੋਰਡ ਦੀ ਸਾਈਟ ਤੋਂ ਕਨਫਰਮ ਵੀ ਕਰ ਸਕਦੇ ਹੋ ਤੇ ਇਹ ਵੀਡੀਓ ਵਿੱਚ ਬਾਈ ਆਪਾਂ ਸਿਰਫ ਬੈਲਬੋਰਡ ਬਾਰੇ ਗੱਲ ਕੀਤੀ ਆ ਠੀਕ ਆ ਇਹਦੇ ਵਿੱਚ ਕੋਈ ਵੀ ਹੋਰ ਅਵਾਰਡ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਗਈ ਠੀਕ ਆ ਤੇ ਕਮੈਂਟਾਂ ਦੇ ਵਿੱਚ ਆਇਨਾ ਕਹਿ ਜਾ ਵੀ ਵੀਪੀਓ ਫਲਾਣ ਦੇ ਬੰਦੂ ਨੇ ਫਲਾਣਾ ਅਵਾਰਡ ਮਿਲਿਆ ਇਹ ਬੋ ਫਲਾਣਾ ਢਿੰਗਾ ਬਾਈ ਬੈਲਬੋਰਡ ਸਭ ਤੋਂ ਉੱਪਰ ਆਗਾ ਸੋ ਇਸ ਕਰਕੇ ਆਪਾਂ ਬੈਲਬੋਰਡ ਬਾਰੇ ਦੱਸਣ ਜਾ ਰਹੇ ਆਂ ਇਹ ਵੀਡੀਓ ਦੇ ਵਿੱਚ ਤੇ ਬਾਈ ਇਹ ਵੀਡੀਓ ਦੇ ਐਂ ਇੱਕ ਬਹੁਤ ਜਿਆਦਾ ਫਾਸਮਾ ਮੁਕਾਬਲਾ ਹੋਣ ਜਾ ਰਿਹਾ ਦੋ ਸਿੰਗਰਾਂ ਦੇ ਵਿੱਚ ਤੇ ਇਸ ਕਰਕੇ ਬਾਈ ਐਂਡ ਤੇ ਜ਼ਰੂਰ ਦੇਖਿਓ ਤੇ ਬਿਨਾ ਟਾਈਮ ਖਰਾਬ ਕੀਤੇ ਤੋਂ ਬਾਈ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੰਬਰ 6 ਏ ਬੀ ਟੱਲੋ ਸਰ ਘੱਟ ਘੱਟ ਦੇ ਸਪੀਕਰਾਂ ਤੇ ਵੱਜਦੇ ਬਰਮਨ ਮੁੰਡੇ ਇਹ ਪੀਟੇ ਲੋ ਦਾ Song ਬਈ ਬ੍ਰਾਊਨ ਮੁੰਡੇ ਮਈ 2021 ਦੇ 3rd week ਚ ਟੌਪ ਟ੍ਰੇਲਰ ਗਲੋਬਲ ਚਾਰਟ ਤੇ 4th ਨੰਬਰ ਤੇ ਰੈਂਕ ਕੀਤਾ ਸੀਗਾ ਤੇ ਜਿਹੜਾ ਇਹਦਾ ਇਨਸੇਨ Song ਸੀਗਾ ਉਹ 11th ਨੰਬਰ ਤੇ ਯਾਨੀ ਕਿ 11ਵੇਂ ਨੰਬਰ ਤੇ ਰੈਂਕ ਕੀਤਾ ਸੀ ਆਪਣੇ ਕੈਰੀਅਰ ਦੇ ਮਤਲਬ ਜਿੰਨਾ ਸਟਾਰਟਿੰਗ ਦੇ ਵਿੱਚ ਹੀ ਬੈਲਬੋਰਡ ਤੇ ਹੋਣਾ ਬਹੁਤ ਵੱਡੀ ਗੱਲ ਆ ਬਾਈ ਤੇ ਇਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿਉਂਕਿ ਬਈ ਬਰਾਊਨ ਮੁੰਡੇ ਜਿਹੜਾ Song ਸੀਗਾ ਹਨਾ ਉਹਦੇ ਵਿੱਚ ਗੈਸਟ ਅਪੀਅਰੈਂਸ ਦੇ ਤੌਰ ਤੇ ਸਿੱਧੂ ਮੂਸੇ ਵਾਲੇ ਨੂੰ ਫੀਚਰ ਕੀਤਾ ਗਿਆ ਸੀਗਾ ਤੇ ਸਿੱਧੂ ਮੂਸੇ ਵਾਲੇ ਕੋਲ ਮਤਲਬ ਚੰਗੀ ਫੈਨ ਫਾਲੋਇੰਗ ਸੀਗੀ ਇਸ ਕਰਕੇ ਬਈ ਗਾਣੇ ਨੂੰ ਚੰਗੀ ਰੀਚ ਮਿਲ ਗਈ ਸੀ ਅਸੀਂ ਜੇ ਕੀ ਤਾਂ ਟਰੈਪ ਜੀ ਬੀਟਾ ਸਰ ਕੱਢ ਗੱਜ ਦੇ ਸਪੀਕਰਾਂ ਤੇ ਵੱਜਦੇ ਬਰਹਮਣ ਮੁੰਡੇ ਨੰਬਰ 5 ਯੋਯੋ ਹਣੀ ਸਿੰਘ ਇਹ song ਹਨੀ ਸਿੰਘ ਤੇ ਜੈਤੰਮੀ ਵੱਲੋਂ 2012 ਵਿੱਚ ਰਿਲੀਜ਼ ਕੀਤਾ ਗਿਆ ਸੀਗਾ ਪਰ ਇਹ ਰਿਲੀਜ਼ ਤੋਂ 8 ਸਾਲਾਂ ਬਾਅਦ ਮਤਲਬ 2020 ਦੇ ਜੁਲਾਈ ਦੇ ਤੀਜੇ ਵੀ ਹਫਤੇ ਵਿੱਚ ਇਹ song ਜਿਹੜਾ ਹਾਈ ਹੀਲਸ song ਸੀਗਾ ਇਹ ਟੌਪ ਟ੍ਰੈਲਰ ਗਲੋਬਲ ਚਾਰਟ ਤੇ 3 ਨੰਬਰ ਤੇ ਰੈਂਕ ਕੀਤਾ ਗਿਆ ਸੀਗਾ ਤੇ ਜੋ ਕੀ ਬਾਈ ਇੰਨਾ ਪੁਰਾਣਾ ਮਤਲਬ ਗੀਤ ਬੈਲਵੋਰਡ ਤੇ ਰੈਂਕ ਕਰਾਉਣਾ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਸੀਗੀ ਬਹੁਤ ਘੱਟ ਹੀ ਹੁੰਦਾ ਬਾਈ ਇਹ ਹਨਾ ਵੀ ਰਿਲੀਜ਼ਿੰਗ ਤੋਂ ਇੰਨਾ ਟਾਈਮ ਬਾਅਦ ਇਹ ਗੀਤ ਨੇ ਬੈਲਬੋਰਡ ਤੇ ਉਹਦਾ ਬਹੁਤ ਜਿਆਦਾ ਵੱਡੀ ਗੱਲ ਆ ਨੰਬਰ 4 ਕਰਨੌਇਲਾ ਕਰਨੌਇਲਾ ਦੀ 15 ਸਤੰਬਰ 2021 ਨੂੰ ਬੈਗ ਦਾ ਫੱਕ ਅਪ ਐਲਬਮ ਆਈ ਜੋ ਕਿ ਬੈਲਬੋਰਡ ਦੇ ਟਾਪ ਕੈਨੇਡੀਅਨ ਐਲਬਮ ਚਾਰਟ ਵਿੱਚ 20ਵੇਂ ਨੰਬਰ ਤੇ ਰੈਂਕ ਕੀਤੀ ਜੋ ਕਿ ਕਰਨੌਇਲਾ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਤੇ ਕਰਨੌਇਲਾ ਦੀ ਈਪੀ ਵੇ ਹੈਡ ਟਾਪ ਕੈਨੇਡੀਅਨ ਐਲਬम्स ਦੇ ਚਾਰਟ ਉੱਤੇ 36ਵੇਂ ਨੰਬਰ ਤੇ ਰੈਂਕ ਕੀਤੀ ਕਰਨੌਜਲਾ ਦੀ ਨਵੀਂ ਆਈ ਪੀ ਵੇ ਹੈਡ ਜਿੱਥੇ ਇੱਕ ਹਿਪ ਹੌਪ ਬੇਸਡ ਐਲਬਮਾ ਉੱਥੇ ਬੈਗ ਦਾ ਫੱਕ ਇੱਕ ਦੇਸੀ ਸਟਾਈਲ ਤੇ ਦੇਸੀ ਮਿਊਜ਼ਿਕ ਨਾਲ ਬਣਾਈ ਗਈ ਐਲਬਮ ਸੀਗੀ ਤੇ ਤੁਹਾਡਾ ਇਹ ਐਲਬਮ ਦਾ ਕਿਹੜਾ ਸਾਰਨੋ ਫੇਵਰਿਟ Song ਆ ਕਮੈਂਟ ਕਰਕੇ ਜਰੂਰ ਦੱਸਿਓ ਨੰਬਰ 3 ਬੱਬੂ ਮਾਨ 4 ਜੁਲਾਈ 2013 ਨੂੰ ਆਈ ਐਲਬਮ ਤਲਾਸ਼ ਬਿਲਬੋਰਡ ਦੀਆਂ ਟੌਪ 10 ਐਲਬਮ ਸਬਟਰੇਨ ਕਿਤੀ ਬੈਲਬੋਰਡ ਦੀਆਂ ਟੌਪ 10 ਜੋ ਕਿ ਬਹੁਤ ਜਿਆਦਾ ਵੱਡੀ ਗੱਲ ਆ ਬਾਈ ਕਿਉਂਕਿ ਬਾਈ 2013 ਵਿੱਚ ਇੰਟਰਨੈਟ ਬਹੁਤ ਜਿਆਦਾ ਘੱਟ ਸੀਗਾ ਹਨਾ ਤੇ 2G ਤੇ 3G ਹੁੰਦਾ ਸੀਗਾ ਜਿਹਦਾ ਮਤਲਬ ਜੇ ਆਪਾਂ 1GB ਦਾ ਰੀਚਾਰਜ ਕਰਾਉਣਾ ਹੁੰਦਾ ਸੀ ਉਹ ਵੀ 200-250 ਰੁਪਏ ਦਾ ਆਉਂਦਾ ਹੁੰਦਾ ਸੀਗਾ ਹਨਾ ਇਸ ਕਰਕੇ ਬਾਈ ਉਸ ਟਾਈਮ ਬਹੁਤ ਘੱਟ ਲੋਕ ਸੀਗੇ ਜਿਹੜੇ YouTube ਯੂਜ਼ ਕਰਦੇ ਸੀਗੇ ਹਨਾ ਤੇ ਜਾਂ ਕੋਈ ਵੀ ਸਟ੍ਰੀਮਿੰਗ ਐਪ ਯੂਜ਼ ਕਰਦੇ ਸੀਗੇ ਹਨਾ ਬਹੁਤ ਘੱਟ ਲੋਕ ਸੀਗੇ ਉਹਦੇ ਚੱਪਾ ਭਰਾ ਕੇ ਲੋਕ ਉਹਦੇ ਜੀ ਗਾਣੇ ਸੁਣੀ ਜਾਂਦੇ ਸੀਗੇ ਤੇ ਉਹਨਾਂ ਟਾਈਮਾਂ ਦੇ ਵਿੱਚ ਬਈ ਆਪਦੇ ਗਾਣੇ ਨੂੰ ਮਤਲਬ ਬਿੱਲਬੋਰਡ ਤੇ ਲੈ ਕੇ ਜਾਣਾ ਇੱਕ ਬਹੁਤ ਜਿਆਦਾ ਵੱਡੀ ਗੱਲ ਆ ਤੇ ਇਹ ਐਲਬਮ ਦੇ ਕੁਝ ਫੇਮਸ ਟਰੈਕ ਇਹ ਹਨ ਕਮ ਕਿਦਸ ਸਰਕਾਰਾਂ ਦਾ ਜਿੱਤਾ ਯਾਦ ਰਾਂ ਚਿਪਸੀ ਕਾਣੀ ਹੋ ਗਲੋ ਯਟ ਮੈਂਟ ਰਾਲਾ ਪਉਣਾ ਏ ਬੋਲੇ ਦੇ ਗੋਤੇ ਲੈ ਕੋਰੇ ਮਿਲ ਕੇ ਫਿੰਦੇ ਤੇ ਮੋਰ ਤੇ ਨੰਬਰ 2 ਦਲਜੀਤ ਦਸਾਂਜ ਦੋਸਤੋ ਦਿਲਜੀਤ ਦੁਸਾਂਜ ਆਪਣੀ ਲਿਸਟ ਦੇ ਪਹਿਲੇ ਇਹ ਜੇ ਸਿੰਗਰ ਆਗੇ ਜਿਨ੍ਹਾਂ ਦਾ ਜਿਹੜਾ ਸੌਂਗ ਹੈਗਾ ਫਰਸਟ ਪੋਜੀਸ਼ਨ ਤੇ ਰੈਂਕ ਕੀਤਾ ਬਿਲਬੋਰਡ ਤੇ ਜਿਹੜਾ ਕੋਰਟ ਸੌਂਗ ਹੈਗਾ ਉਹ ਬਿਲਬੋਰਡ ਦੇ ਟਾਪ ਟ੍ਰੈਲਰ ਗਲੋਬਲ ਚਾਰਟ ਤੇ ਫਰਸਟ ਪੋਜੀਸ਼ਨ ਤੇ ਰੈਂਕ ਕੀਤਾ ਇਹਦੇ ਤੋਂ ਇਲਾਵਾ ਜਿਹੜਾ ਦਿਲਜੀਤ ਆ ਬਾਈ ਦਿਲਜੀਤ ਦੀ ਜਿਹੜੀ ਕੋਟ ਐਲਬਮ ਆ ਉਹ ਬਿਲਬੋਰਡ ਕੈਨੇਡੀਅਨ ਐਲਬਮ ਦੇ ਚਾਰਟ ਤੇ 16ਵੇਂ ਨੰਬਰ ਤੇ ਰੈਂਕ ਕੀਤੀ ਆ ਤੇ ਇਸ ਤੋਂ ਇਲਾਵਾ ਬਈ ਦਿਲਜੀਤ ਦੀ ਮੂਨ ਚਾਈਲਡ 에ਰਾ ਜਿਹੜੀ ਐਲਬਮ ਆ ਉਹ ਵੀ ਬਿਲਬੋਰਡ ਦੇ ਕੈਨੇਡੀਅਨ ਐਲਬਮ ਚਾਰਟ ਵਿੱਚ 20ਵੇਂ ਨੰਬਰ ਤੇ ਰੈਂਕ ਕੀਤੀ ਆ ਸੋ ਇਸ ਐਲਬਮ ਦੇ ਕੁਝ ਫੇਮਸ ਟ੍ਰੈਕ ਇਹ ਹਨ ਜਿੱਤੀ ਬੈਠਾ ਜੱਪੂ ਪੰਜਾਬ ਬੱਲੀਏ ਪੈਸੇ ਬੂਸੇ ਬਾਰੇ ਬਿੱਲੋ ਸੋਚੇ ਦੁਨੀਆ ਜੱਟ ਦਾ ਜੱਟ ਦਾ ਪਿਆਰ ਗੋਰੀਏ ਨੰਬਰ 1 ਅਮਰ ਸ਼ੋਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ sets the entire empire or fire sukimi on mic what out of fire get closer steadily so steadily ਬਾਈ ਸਿੱਧੂ ਮੂਸੇਵਾਲਾ ਆਪਣੀ ਲਿਸਟ ਦਾ ਸਾਰ ਨੂੰ ਪਹਿਲਾ ਇਹ ਜਾਂ ਜ਼ਿੰਗਰ ਹੈਗਾ ਜਿਹਦੇ ਦੋ ਗੀਤ ਬਿਲਬੋਰਡ ਤੇ ਪਹਿਲੇ ਪੋਜੀਸ਼ਨ ਤੇ ਰੈਂਕ ਕੀਤੇ ਆ ਬਾਈ ਮਤਲਬ ਪੂਰੀ ਦੁਨੀਆ ਦੇ ਵਿੱਚ 2 ਜਾਂ 3 ਹਫਤੇ ਤੱਕ ਜਿੰਨਾ ਚਿਰ ਇਹ ਗਾਣੇ ਪੀਕ ਤੇ ਰਹੇ ਸੀਗੇ ਉਹਨਾਂ ਚਾਰ ਬਾਈ ਸਾਰੀ ਦੁਨੀਆ 'ਚ ਸਭ ਤੋਂ ਵੱਧ ਫੇਮਸ ਹੋ ਗਏ ਇਹ ਦੋ ਹੀ ਸੀਗੇ ਤੇ ਇਹ ਦੋ Song ਹੈਗੇ ਆ Beach I'm Back ਤੇ Moose Drella ਇਹ ਦੋ Song ਆ ਗਏ ਬਾਈ ਜਿਹੜੇ ਮਤਲਬ ਬਿਲਬੋਰਡ ਦੇ ਟੌਪ ਟ੍ਰੇਲਰ ਗਲੋਬਲ ਚਾਰਟ ਤੇ ਪਹਿਲੀ ਪੋਜੀਸ਼ਨ ਤੇ ਰੈਂਕ ਕੀਤੇ ਸੀਗੇ ਤੇ ਜੋ ਕੀ ਬਾਈ ਬਹੁਤ ਜਿਆਦੇ ਵੱਡੀ ਅਚੀਵਮੈਂਟਾ ਸਿੱਧੂ ਲਈ ਹੈ ਨਾ ਤੇ ਇਸ ਤੋਂ ਪਹਿਲਾਂ ਜਿੰਨੇ ਵੀ ਲਿਸਟ 'ਚ ਬੰਦੇ ਆਏ ਆ ਜਿੰਨੇ ਵੀ ਸਿੰਗਰ ਆਏ ਆ ਉਹਨਾਂ 'ਚੋਂ ਕਿਸੇ ਦੇ ਵੀ ਦੋ ਗੀਤ ਫਾਸਟ ਪੋਜੀਸ਼ਨ ਤੇ ਰੈਂਕ ਨਹੀਂ ਸੀ ਕੀਤੇ ਤੇ ਇਸ ਤੋਂ ਇਲਾਵਾ ਬਾਈ ਅਸ ਸੌਂਗ ਆ ਜਿਹੜਾ ਸਿੱਧੂ ਦਾ ਉਹ ਤੀਜੇ ਨੰਬਰ ਤੇ ਰੈਂਕ ਕੀਤਾ ਸੀਗਾ ਬ੍ਰੌਂਚ ਆਉਟੀ ਸੱਤਵੇਂ ਨੰਬਰ ਤੇ ਰੈਂਕ ਕੀਤਾ ਸੀਗਾ ਤੇ ਦੀਜ਼ ਡੇ ਸੌਂਗ 13ਵੇਂ ਨੰਬਰ ਤੇ ਰੈਂਕ ਕੀਤਾ ਸੀਗਾ ਤੇ ਇਹ ਸਾਰੇ ਸੌਂਗ ਬਾਈ ਬਿਲਬੋਰਡ ਦੇ ਟੌਪ ਟ੍ਰਿਲਰ ਚਾਰਟ ਤੇ ਰੈਂਕ ਕੀਤੇ ਸੀਗੇ ਤੇ ਦੋਸਤੋ ਇਹ ਸਾਰਾ ਕੁਝ ਬਈ ਹਜੇ ਸਿਰਫ ਇੱਕ ਟ੍ਰੇਲਰ ਹੈਗਾ ਮੂਵੀ ਤੁਹਾਨੂੰ ਹਜੇ ਦਿਖਾਉਣੀ ਬਾਕੀ ਆ ਤੇ ਇਹਨਾਂ ਗੀਤਾਂ ਤੋਂ ਇਲਾਵਾ ਬਈ ਸਿੱਧੂ ਦੇ ਹੋਰ ਵੀ ਬਹੁਤ ਸਾਰੇ ਹਜੇ ਗੀਤ ਆਗੇ ਜਿਹੜੇ ਬਿਲਬੋਰਡ ਦੇ ਕੈਨੇਡੀਅਨ ਹੌਟ 100 ਚਾਰਟ ਤੇ ਰੈਂਕ ਕੀਤੇ ਆਗੇ ਜਿਨ੍ਹਾਂ ਵਿੱਚ ਪਹਿਲਾ ਗੀਤ ਹੈਗਾ ਵਿਚ ਆਈ ਐਮ ਬੈਕ ਜੋ ਕਿ 81ਵੇਂ ਨੰਬਰ ਤੇ ਰੈਂਕ ਕੀਤਾ ਸੀਗਾ ਦੂਜਾ ਗਾਣਾ ਹੈਗਾ ਬ੍ਰੌਂਚ ਸ਼ਾਰਟੀ ਜੋ ਕਿ ਬਈ 80 ਨੰਬਰ ਤੇ ਰੈਂਕ ਕੀਤਾ ਸੀਗਾ ਨੰਬਰ ਤੀਜਾ ਹੈਗਾ ਬਾਈ 295 ਗੀਤ ਜੋ ਕਿ ਬਾਈ 62ਵੇਂ ਨੰਬਰ ਤੇ ਰੈਂਕ ਕੀਤਾ ਸੀਗਾ ਗੋਡ Song 100 ਨੰਬਰ ਤੇ ਰੈਂਕ ਕੀਤਾ ਸੀਗਾ ਦਾ ਲਾਸਟ ਰਾਈਡ 26ਵੇਂ ਨੰਬਰ ਤੇ ਰੈਂਕ ਕੀਤਾ ਸੀਗਾ ਤੇ ਲੈਵਲਸ ਗੀਤ 32ਵੇਂ ਨੰਬਰ ਤੇ ਰੈਂਕ ਕੀਤਾ ਸੀਗਾ ਨੈਵਰ ਫੋਲਡ ਜਿਹੜਾ ਗੀਤ ਹੈਗਾ ਬਾਈ ਉਹ 97 ਨੰਬਰ ਤੇ ਰੈਂਕ ਕੀਤਾ ਸੀਗਾ ਬਿਲਬੋਰਡ ਦੇ ਕੈਨੇਡੀਅਨ ਹੌਟ 100 ਚਾਰਟ ਤੇ ਮੱਕਿਆ ਨਹੀਂ ਆ ਸੁਣ ਸਿੱਧੂ ਦੀ ਬਾਈ ਜਿਹੜੀ ਬਿਲਬੋਰਡ ਤੇ 10 ਤੱਕ ਉਹ ਇੱਥੇ ਖਤਮ ਨਹੀਂ ਹੁੰਦੀਗੀ ਇਦੋਂ ਇਲਾਵਾ ਤਿੰਨ ਗੀਤ ਹੋਰ ਆਗੇ ਜਿਹੜੇ ਮਤਲਬ ਬਿੱਲਬੋਰਡ ਦਾ ਜਿਹੜਾ ਗਲੋਬਲ ਐਕਸਕਲੂਸਿਵ ਯੂ ਐਸ ਚਾਰਟ ਆਗਾ ਉਹਦੇ ਤੇ ਰੈਂਕ ਕੀਤੇ ਆਗੇ ਜੋ ਕਿ ਬਹੁਤ ਜਿਆਦਾ ਵੱਡਾ ਚਾਰਟ ਆ ਬਾਈ ਤੇ ਦਾ ਲਾਸਟ ਰਾਈਡ Song ਸੀਗਾ ਜਿਹੜਾ 113ਵੇਂ ਨੰਬਰ ਤੇ ਪੀਕ ਕੀਤਾ ਸੀਗਾ ਜਿਹੜਾ 295 Song ਆਗਾ ਉਹ 162ਵੇਂ ਨੰਬਰ ਤੇ ਪੀਕ ਕੀਤਾ ਸੀਗਾ ਤੇ ਜਿਹੜਾ ਲੈਵਲਸ Song ਆ ਬਾਈ ਉਹ 195 ਨੰਬਰ ਤੇ ਪੀਕ ਕੀਤਾ ਸੀਗਾ ਉਹ ਮੱਕਿਆ ਨਹੀਂ ਆ ਸੁਣ ਇਸ ਤੋਂ ਇਲਾਵਾ ਬਾਈ ਜੇ ਆਪਾਂ ਗੱਲ ਕਰੀਏ ਐਲਬਮਸ ਦੀ ਤਾਂ ਜਿਹੜੀ ਸਿੱਧੂ ਦੀ ਨੋ ਨੇਮ ਈਪੀ ਆ ਗਈ ਹਨਾ ਉਹ ਬਿਲਬੋਰਡ ਦੇ ਟਾਪ ਕੈਨੇਡੀਅਨ ਐਲਬਮ ਵਿੱਚ 73ਵੇਂ ਨੰਬਰ ਤੇ ਰੈਂਕ ਕੀਤੀ ਸੀਗੀ ਤੇ ਉਹ ਵੀ ਮਤਲਬ ਰਿਲੀਜ਼ ਹੋਣ ਤੋਂ ਕੁਝ ਦਿਨ ਜਾਂ ਲਾ ਲੋ ਜਾਂ ਦੋ ਕੁਝ ਘੰਟੇ ਹੀ ਲਾ ਸਕਦੇ ਆਪਾਂ ਹਨਾ ਵੀ 24 ਘੰਟੇ ਜਾਂ 72 ਘੰਟੇ ਹਨਾ ਇੰਨੇ ਟਾਈਮ ਦੇ ਵਿੱਚ ਹੀ ਬਿਲਬੋਰਡ ਤੇ ਪਹੁੰਚ ਗਈ ਸੀ ਇਸੇ ਕਰਕੇ ਸਿੱਧੂ ਨੇ ਇਹ ਲੈਣ ਗਈ ਸੀ ਬਿਲਬੋਰਡ ਕੁੜੇ ਇਸ ਤੋਂ ਇਲਾਵਾ ਸਿੱਧੂ ਦੀ ਪੀਬੀਐਕਸ 1 ਐਲਬਮ ਵੀ ਬੈਲਬੋਰਡ ਕੈਨੇਡੀਅਨ ਐਲਬਮ ਚਾਰਟ ਤੇ 68ਵੇਂ ਨੰਬਰ ਤੇ ਰੈਂਕ ਕੀਤੀ ਇਸ ਤੋਂ ਇਲਾਵਾ ਬਾਈ ਸਿੱਧੂ ਇਹ じゃ ਪਹਿਲਾ ਆਰਟਿਸਟ ਬਣਿਆਗਾ ਜਿਹਦਾ ਮਤਲਬ ਯਾਰ ਮੌਤ ਤੋਂ ਬਾਅਦ ਵੀ ਜਿਹੜਾ ਇਹਦਾ ਗੀਤ ਹੈਗਾ ਉਹ ਬਿਲਬੋਰਡ ਤੇ ਟ੍ਰੈਂਡ ਕੀਤਾਗਾ ਤੇ ਐਸਬਾਈਆ ਲਗੀਦਾ ਜਿਹੜਾ ਬਾਈ ਉਹ ਬਿਲਬੋਰਡ ਦੇ ਕੈਨੇਡੀਅਨ ਹੌਟ 100 ਵਿੱਚ 81ਵੇਂ ਨੰਬਰ ਤੇ ਰੈਂਕ ਕਰ ਰਿਹਾ ਹੈ ਇਸ ਟਾਈਮ ਤੇ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਠੀਕ ਆ ਇਹ ਗੀਤ ਬਾਈ ਰਿਲੀਜ਼ ਹੋਣ ਤੋਂ ਚਾਰ ਪੰਜ ਦਿਨ ਬਾਅਦ ਹੀ ਬਿਲਬੋਰਡ ਤੇ ਆ ਗਿਆ ਸੀਗਾ ਤੇ ਸਾਰਿਆਂ ਨਾਲ ਵੱਡੀ ਗੱਲ ਆ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਆ ਗਈ ਵੀ ਇਸ ਗੀਤ ਨੂੰ ਇੰਡੀਆ ਦੇ ਵਿੱਚ ਤਾਂ ਬੈਨ ਨਹੀਂ ਕੀਤਾ ਹੋਇਆ ਠੀਕ ਆ ਇੰਡੀਆ ਜੇ ਗਾਣੇ ਨੂੰ ਬੈਨ ਕਰ ਦਿੱਤਾ ਗਿਆ ਪਰ ਉਹਦੇ ਬਾਵਜੂਦ ਵੀ ਇਹ ਗਾਣਾ ਬੈਲਵੂਡ ਤੇ 81ਵੇਂ ਨੰਬਰ ਤੇ ਟ੍ਰੈਂਡ ਕਰ ਰਿਹਾ ਕਿਉਂਕਿ ਯਾਰ ਬਹੁਤ ਹੀ ਜ਼ਿਆਦਾ ਵੱਡੀ ਗੱਲ ਆ ਬਾਈ ਪੂਰੀ ਦੁਨੀਆ ਦਾ ਮੈਨੂੰ ਪਤਾ ਨਹੀਂ ਹੈਗਾ ਪਰ ਬਾਈ ਇੱਕ ਗੱਲ ਜ਼ਰੂਰ ਆ ਗਈ ਵੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਬੰਦਾ ਪਹਿਲਾ ਇਹ ਆਰਟਿਸਟ ਹੈਗਾ ਜਿਹਦਾ ਗੀਤ ਮੌਤ ਤੋਂ ਬਾਅਦ ਵੀ ਟ੍ਰੈਂਡ ਕਰ ਰਿਹਾ ਤੇ ਬਹੁਤ ਜ਼ਿਆਦਾ ਵੱਡੀ ਗੱਲ ਆ ਬਾਈ ਇਹ ਤੇ ਇਹ ਗਾਣਾ ਬਾਈ 81ਵੇਂ ਨੰਬਰ ਤੇ ਟ੍ਰੈਂਡ ਕਰ ਰਿਹਾ ਤੇ ਮੈਨੂੰ ਪੂਰੀ ਉਮੀਦ ਆ ਵੀ ਅਗਲੇ ਹਫ਼ਤੇ ਹਨਾ ਇਹ ਗਾਣਾ ਜਿਹੜਾ ਇਹ ਮਤਲਬ ਇਦੋਂ ਵੀ ਉੱਪਰ ਜਾ ਕੇ ਟ੍ਰੈਂਡ ਕਰੂਗਾ ਤੇ ਜਿਹੜਾ ਵੀ ਅਪਡੇਟ ਆਊਗੀ ਮੈਂ ਡਿਸਕ੍ਰਿਪਸ਼ਨ 'ਚ ਜ਼ਰੂਰ ਲਿਖੂਗਾ ਸਾਰਿਆਂ ਨੂੰ ਪਹਿਲੇ ਨੰਬਰ ਤੇ ਜਾ ਕੇ ਇਹ ਜ਼ਰੂਰ ਲਿਖਿਆ ਜਾਊਗਾ ਵੀ ਹੁਣ ਇਹ ਗਾਣਾ ਕਿੰਨੇ ਨੰਬਰ ਤੇ ਟ੍ਰੈਂਡ ਕਰ ਰਿਹਾ ਠੀਕ ਆ ਜਾਂ ਕਿੰਨੇ ਨੰਬਰ ਤੇ ਇਹ ਗਾਣੇ ਨੇ ਪੀਕ ਕੀਤਾ ਬਾਈ ਇਹ ਜਿਹੀ ਆਪਣੀ ਆਈ ਦੀ ਵੀਡੀਓ ਬਾਈ ਤੇ ਵੀਡੀਓ ਚ ਬਾਈ ਬਹੁਤ ਜਿਆਦੇ ਜ਼ੋਰ ਲੱਗ ਗਿਆ ਬਣਾਉਣ ਤੇ ਬਾਈ ਵੀਡੀਓ ਬਹੁਤ ਜਿਆਦੇ ਮਤਲਬ ਪਤਾ ਕਰਨਾ ਪਿਆ ਸਰਚ ਕਰਨੀ ਪਈ ਵੀ ਕੀ ਹੋਇਆ ਕੀ ਨਹੀਂ ਹਣਾ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਬਾਈ ਹਣਾ ਮੈਨੂੰ ਕੀ ਲੱਗਦਾ ਬਾਈ ਮੈਂ ਪ੍ਰੂਵ ਕਰ ਚੁੱਕਿਆ ਠੀਕਾ ਮਤਲਬ ਇੰਨੇ ਗਾਣੇ ਕਿਸੇ ਵੀ ਹੋਰ ਆਰਟਿਸਟ ਦੇ ਬਿਲਬੋਰਡ ਤੇ ਨਹੀਂ ਆਏ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸਿੱਧੂ ਆਗਾ ਸਿੱਧੂ ਹੀ ਬਿਲਬੋਰਡ ਦਾ ਕਿੰਗ ਆ ਤੇ ਇਹਦੇ ਚ ਕੋਈ ਦੂਰ ਆਏ ਨਹੀਂ ਹੈਗੀਗੀ ਤੇ ਬਾਕੀ ਬਈ ਆਪਦੇ ਵਿਚਾਰ ਤੁਸੀਂ ਸਾਰੇ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਹੇਟ ਕਿਸੇ ਦਿਨ ਨਹੀਂ ਹਲਾਉਣੀਗੀ ਆਪਦਾ ਜਿਹੜਾ ਵਿਚਾਰ ਆ ਬਈ ਤਰਕ ਦੇ ਆਧਾਰ ਤੇ ਤੁਸੀਂ ਜਰੂਰ ਦੇ ਸਕਦੇ ਹੋ ਤੇ ਤੁਹਾਨੂੰ ਇਹ ਗੱਲ ਵੀ ਮੈਂ ਕਨਫਰਮ ਕਰ ਦੇਣੀ ਚਾਹੁੰਦਾ ਵੀ ਜਿਹੜੀ ਇਹ ਵੀਡੀਓ ਆ ਇਹ ਸਿਰਫ ਬਿਲਬੋਰਡ ਤੇ ਬਈ ਬਿਲਬੋਰਡ ਨੂੰ ਮੱਦੇ ਨਜ਼ਰ ਰੱਖਦੇ ਹੋਈ ਬਣਾਈ ਗਈ ਆ ਠੀਕ ਆ ਇਹਦੇ ਵਿੱਚ ਕਿਸੇ ਵੀ ਹੋਰ ਮਤਲਬ ਅਵਾਰਡ ਦੀ ਗੱਲ ਨਾ ਕੀਤੀ ਜਾਵੇ ਫਲਾਨੇ ਬੰਦੇ ਨੂੰ ਨਾ ਜੇ ਅਵਾਰਡ ਮਿਲਿਆ ਉਹ ਮਿਲਿਆ ਬਾਈ ਬਿੱਲਬੋਰਡ ਦੀ ਗੱਲ ਹੋਈ ਆ ਸਿਰਫ ਤੇ ਜੇ ਤੁਸੀਂ ਹੋਰ ਅਵਾਰਡਾਂ ਵਾਲੀ ਵੀਡੀਓ ਜਾਂ ਕੁਝ ਵੀ ਦੇਖਣਾ ਚਾਹੁੰਦੇ ਆ ਤਾਂ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਹਨਾ ਆਪਾਂ ਤੁਹਾਨੂੰ ਮਤਲਬ ਉਹਨਾਂ ਤੇ ਵੀ ਵੀਡੀਓ ਬਣਾ ਕੇ ਦੱਸ ਸਕਦੇ ਕਿ ਕਿਹੜੇ ਬੰਦੇ ਨੂੰ ਕਿੰਨੇ ਅਵਾਰਡ ਮਿਲਿਆ ਜਾਂ ਕੀ ਆ ਕੀ ਨਹੀਂ ਸਿਸਟਮ ਸਾਰਾ ਕੁਝ ਤੇ ਬਾਕੀ ਬਾਈ ਵੀਡੀਓ ਬਣਾਉਂ ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਤੁਹਾਨੂੰ ਪਤਾ ਵੀ ਦੋ ਤਿੰਨ ਦਿਨਾਂ ਤੋਂ ਚਾਜਨਾ ਮੈਂ ਕੋਈ ਵੀਡੀਓ ਵੀ ਨਹੀਂ ਬਣਾਈ ਹਨਾ ਸੋ ਇਸੇ ਚੱਕਰ 'ਚ ਹੀ ਨਹੀਂ ਬਣਾਈ ਚੱਕ ਦਿਓ ਫੱਟੇ ਬਾਈ ਯਾਰ ਸ਼ੇਅਰ ਕਰਨ ਵਾਲੇ ਬਟਨ ਘਸਾ ਦਿਓ ਠੀਕ ਆ ਹਰੇਕ ਬੰਦੇ ਨੂੰ ਸ਼ੇਅਰ ਕਰਨ ਦਾ ਸਭ ਤੋਂ ਵੱਡਾ ਮਕਸਦ ਇਹ ਹੈ ਵੀ ਆ ਵੀ ਹਰੇਕ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਵੀ ਬਿੱਲਬੋਰਡ ਦਾ ਅਸਲੀ ਕਿੰਗ ਕੌਣ ਆ ਠੀਕ ਆ ਤੇ ਹੁਣ ਬਾਈ ਤੁਹਾਡੇ ਹੱਥ ਚਾ ਵੀ ਤੁਸੀਂ ਸ਼ੇਅਰ ਕਰਦੇ ਆ ਜਾਂ ਨਹੀਂ ਕਰਦੇਗੇ ਤੇ ਅੱਜ ਤੁਹਾਡੇ ਨਾਲ ਮਤਲਬ ਹੱਕ ਜਾਂ ਜਤਾ ਕੇ ਵੀਡੀਓ ਕਹਿ ਰਿਆ ਵੀ ਸ਼ੇਅਰ ਕਰਨ ਨੂੰ ਬਹੁਤ ਜਿਆਦੇ ਮੱਥਾ ਵੱਜਾ ਵੀਡੀਓ ਤੇ ਬਾਈ ਸ਼ੇਅਰ ਜ਼ਰੂਰ ਕਰਿਓ ਤੇ ਫਿਰ ਮਿਲਦਾ ਨਵੀਂ ਵੀਡੀਓ ਦੇ ਨਾਲ ਟਾਟਾ ਬਾਏ ਬਾਏ ਗੁੱਡ ਨਾਈਟ ਸੈਟ ਇਨ ਚਾਇਰ ਐਂਡ ਫਾਇਰ ਔਰ ਫਾਇਰ ਸੋ ਗਿਵ ਮੀ ਯੂ ਮਾਈਕ ਵਿਟ ਆਊਟ ਅ ਵਾਇਰ ਯੈਟ ਕਿਪ ਇਟ ਸੌ ਸਟੈਡਲੀ ਸੌ ਸਟੈਡਲੀ